ਸਬੂਤ ਇਕੱਠੇ ਕਰ ਰਿਹਾ ਆਪਣੀ ਕਿਹੜਾ ਰੀਲ ਖਤਮ ਹੁੰਦੀ ਬ੍ਰਿਜ
ਬੜੀ ਦੂਰੋਂ ਦੂਰੋਂ ਲੋਕ ਦੇਖਣ ਲਈ ਆਉਂਦੇ ਆ ਇਹਨੂੰ ਫੋਰਟ ਵੱਲ ਦੇਖੋ ਕਿਹੜੀ ਤਕਨੀਕ ਨਾਲ ਅਗਰ ਬਣਾਇਆ ਹੋਇਆ ਉੱਥੋਂ ਦੇਖੋ ਕਿਵੇਂ ਖਿੱਚਾਂ ਪਾਈ ਹੋਈਆਂ ਇਹਨੂੰ ਬਹੁਤ ਸ਼ਾਨਦਾਰ ਵਿਜੇ ਮੇਰੇ ਵੀਰੋ ਮੈਂ ਮਿਸ ਕਰ ਗਏ ਨਾ ਨਾ ਨਹੀਂ ਟਰੈਲਾ ਪੈਗਾ ਦਵਾਉਂਦਾ ਮਿਸ ਹੋ ਗਿਆ ਗਡੋਲੇ ਚੱਲ ਰਹੇ ਨੀਚੇ ਬੀਰੋ ਨੀ ਚੱਲਦਾ ਗਡੋਲਾ ਚੱਲਣਾ ਹੈ ਦੇਖੋ ਨੀਚੇ ਜੋ ਵਿਲੇਜ ਹੈ ਕਿਹੜਾ ਹੈ ਬਹੁਤ ਵਧੀਆ ਆਪ ਗੰਡੋਲੇ ਕਾ ਲੋਤ ਦੇਖਦੇ ਹੋਏ ਚਲਦੇ ਜਾ ਰਹੇ ਹਾਂ ਦੇਖੋ ਮਾਲੀ ਪੂਰੀ ਫੌਜੀ ਫੌਮ ਦੇ ਆਏ ਹੋਏ ਨੇ ਪੂਰੀ ਫੌਜੀ ਫੌਮ ਦੇ ਆਏ ਹੋਏ ਨੇ ਤਾਂ ਪੈਰ ਨੂੰ ਕਿਹੜਾ ਤੇ ਚੱਲ ਰਿਹਾ ਕੈਨੇਡਾ ਨੂੰ ਗੰਡੋਲੇ ਦਾ ਸਟੇਸ਼ਨ ਆ ਰਿਹਾ ਮੈਂ ਕੈਮਰਾਮੈਨ ਨੂੰ ਬੋਲੂਗਾ ਸਟੇਸ਼ਨ ਤੇ ਕੈਮਰਾਮੈਨ ਕੋ ਬੋਲੂਗਾ ਉਧਰ ਜਾਏ ਇਹ ਕੈਮਰਾਮੈਨ ਦਿਖਾਊਗਾ ਆਪਾਂ ਨੂੰ ਦਿਖਾ ਦੋ ਤੁਸੀਂ ਟ੍ਰੇਨ ਦੀ ਤਰ੍ਹਾਂ ਸਟੇਸ਼ਨ ਹੈ ਇਸਨੇ ਬਿਲਕੁਲ ਕੈਮਰਾਮੈਨ ਲੱਗੀ ਹੈ ਛੋਟੀ ਕੈਮਰਾ ਨਹੀਂ ਕੈਮਰਾ ਪਹਿਲੇ ਰੋਟੀ ਖਾ ਕੇ ਬੈਠਣ ਲਈ ਛੋਟੀ ਦੇਖੋ ਪਹਾੜੀ ਤੇ ਟੋਪ ਮੇ ਚੱਲ ਰਹੇ ਹੈ ਆਲੇ ਦੁਆਲੇ ਦੇਖੋ ਮੈਂ ਕੈਮਰਾਮੈਨ ਨੂੰ ਬੋਲੂਗਾ ਆਪਣੇ ਬੰਦੇ ਨੂੰ ਕੁਝ ਨਹੀਂ ਦੇਣੇ ਆਪਣੀ ਸਾਡੀ ਪੰਜਾਬੀ ਹੋਰ ਤਾਂ ਬਾਅਦ ਹੀ ਪਤਾ ਲੱਗਿਆ ਪੰਜਾਬੀ ਤਾਂ ਨਹੀਂ ਬੋਲਦੀ ਨੀ ਗੱਲ ਐਦਾਂ ਵੀ ਹੋਲੀ ਬੋਲੀ ਗਏ ਹੋਰ ਪਲੇਟ ਦੱਸ ਆਇਆ ਦੇਖੋ ਇੱਕ ਗੰਡੋਲੇ ਦੀ ਲਾਈਨ ਨੀਚੇ ਪਰ ਚੱਲ ਰਹੀ ਹੈ ਉਹ ਜਾ ਰਹੀ ਹੈ ਪਟਿਆਲਾ ਪੈਗ ਲਾ ਦੇ ਬਸ ਫਿਰ ਆਪਾਂ ਰੋਟੀ ਖਾਣੇ ਚੱਲ ਕਦੇ ਆਹ
ਪਤਾ ਹੀ ਲੱਗਣਾ ਕਿਹੜੀ ਪਾਰਟੀ ਚ ਗਏ ਨੇ ਕੱਪੜੇ ਜਿਹੜੀ ਮੇਰੀ ਬਾਜ ਨੂੰ ਦਾਲ ਬਖਸ਼ੀ ਨਾ ਦਾਲ ਤੇਰੀ ਦਾਲ ਤੇਰੀ ਪਾਸੇ ਬਾਕੀ ਗੱਲਾਂ ਪਾਸੇ ਮਾਰ ਨੀ ਕਰਿਆ ਦੋ ਬੰਦੇ You are on camera. ਉਹ ਪੈਂਚਰ ਖੜੇ ਨਹੀਂ ਹੈਗੇ ਹਾਂਜੀ ਆਹ ਜੀ ਸਾਡੇ ਮਹਿਮਾਨ ਆਏ ਹੋਏ ਨੇ ਆਪਣੇ ਕਿੱਥੋਂ ਸੰਗਰੂਰ ਤੋਂ ਸੰਗਰੂਰੀਆ ਹੋ ਗਿਆ ਸੰਗਰੂਰੀਆ ਹਾਂਜੀ ਦੱਸੋ ਕਿਵੇਂ ਮਹਿਸੂਸ ਹੋ ਰਿਹਾ ਐਕਸਪੀਰੀਅੰਸ ਦੱਸੋ ਆਪਣਾ ਸਾਡਾ ਨਹੀਂ ਕਸੂਰ ਸਾਡਾ ਜ਼ਿਲ੍ਹਾ ਸੰਗਰੂਰ ਐਕਸਪੀਰੀਅੰਸ ਬਹੁਤ ਵਧੀਆ ਲੱਗਿਆ ਪਹਿਲੀ ਗੱਲ ਤਾਂ ਇਹੀ ਬੜੀ ਖੁਸ਼ੀ ਹੋਈ ਕਿ ਤੁਹਾਡੇ ਨਾਲ ਕੈਨੇਡਾ ਜਾ ਕੇ ਮੁਲਾਕਾਤ ਹੋਈ ਹੈ ਨੰਬਰ ਦੋ 'ਤੇ ਇੱਥੋਂ ਦਾ ਵਾਤਾਵਰਨ ਇੱਥੋਂ ਦਾ ਰਹਿਣ ਸਹਿਣ ਇੱਥੋਂ ਦਾ ਸੜਕਾਂ ਦਾ ਡਿਸਪਲਿਨ ਜਿਵੇਂ ਕੋਈ ਸੜਕ 'ਤੇ ਕੋਈ ਗਾਏ ਘੋੜਾ ਕੁੱਤਾ ਕੁਛ ਨਹੀਂ ਹੈ ਕੋਈ ਹੌਰਨ ਨਹੀਂ ਹੈ ਬਹੁਤ ਵਧੀਆ ਲੱਗਿਆ ਹਾਂ ਜਿਵੇਂ ਵੀ ਅਸੀਂ ਹੁਣ ਜਿੰਨੀਆਂ ਜਗ੍ਹਾ 'ਤੇ ਟੂਰਿਸਟ ਕੀਤਾ ਸਾਨੂੰ ਬਹੁਤ ਵਧੀਆ ਲੱਗਿਆ ਕਿਉਂਕਿ ਮਾਹੌਲ ਬਹੁਤ ਵਧੀਆ ਇੰਡੀਪੈਂਡੈਂਟ ਹੋ ਤੁਸੀਂ ਤੁਹਾਨੂੰ ਕੋਈ ਫਾਲਤੂ ਗੱਲ ਕਰਨ ਵਾਲਾ ਨਹੀਂ ਕੋਈ ਬੋਲਣ ਵਾਲਾ ਨਹੀਂ ਕੋਈ ਕੁਛ ਨਹੀਂ ਤੁਸੀਂ ਇੰਜੋਏ ਕਰੋ ਆਪਣਾ ਹਾਂ ਨੇਚਰ ਵਾਤਾਵਰਨ ਦੇਖ ਲਓ ਵਾਤਾਵਰਨ ਦਾ ਤਾਂ ਕੋਈ ਕੀਮਤ ਹੀ ਨਹੀਂ ਹੈ ਇਹ ਤਾਂ ਆਪਾਂ ਪਹਿਲਾਂ ਚਲੋ ਨਰਿੰਦਰ ਦੀ ਗੱਲ ਦਾ ਵੈਸੇ ਡਾਇਲੋਗ ਹੀ ਬਣ ਗਿਆ ਇਹ ਹੈ ਵਾਤਾਵਰਨ ਤਾਂ ਤੁਸੀਂ ਖਰੀਦ ਹੀ ਨਹੀਂ ਸਕਦੇ ਵਾਤਾਵਰਨ ਬਹੁਤ ਵਧੀਆ ਔਰ ਨੰਬਰ ਦੋ ਤੇ ਅੱਗੇ ਆ ਜਿਹੜਾ ਬੱਚਿਆਂ ਦਾ ਭਵਿੱਖ ਹੈ
ਇੰਡੀਪੈਂਡੈਂਟ ਬੱਚੇ ਕੰਮ ਕਰਦੇ ਆ, ਹੈ ਨਾ, ਉੱਥੇ ਆਪਣੇ ਕੋਲੇ ਕੰਮ ਨਹੀਂ ਕਰਦੇ, ਜੋ ਮਰਜ਼ੀ ਅਸੀਂ ਕਰ ਲਈਏ, ਭੇਜ ਵੀ ਦੇਈਏ, ਔਰ ਨਾ ਹੀ ਕੰਮ ਦੀ ਕੋਈ ਵੈਲਿਊ, ਹਰ ਇੱਕ ਦੀ ਵੈਲਿਊ ਹੈ, ਹਰ ਇੱਕ ਇੰਡੀਪੈਂਡੈਂਟ ਬੱਚੇ ਦੇ ਸਿਰ ਤੇ ਆਟੋਮੈਟਿਕ ਜ਼ਿੰਮੇਵਾਰੀ ਚੱਕਦਾ ਹੋ ਵੀ ਹਾਂ ਯਾਰ ਮੈਂ ਕੰਮ ਕਰਨਾ, ਹੈ ਨਾ, ਮੇਰੀ ਜੇਬ 'ਚ ਪੈਸੇ ਆਉਣਗੇ ਤਾਂ ਮੈਨੂੰ ਵਧੀਆ ਲੱਗੂਗਾ, ਇਸ ਕਰਕੇ ਕੈਰੀਅਰ ਵਾਸਤੇ ਬਹੁਤ ਵਧੀਆ ਹੈ। ਬਾਕੀ ਚਲੋ ਤੁਹਾਨੂੰ ਮਿਲ ਕੇ ਬੜੀ ਖੁਸ਼ੀ ਹੋਈ, ਸਾਨੂੰ ਵੀ ਬਹੁਤ ਖੁਸ਼ੀ ਹੋਈ ਜੀ ਤੁਹਾਨੂੰ ਮਿਲ ਕੇ, ਧੰਨਵਾਦ ਬਹੁਤ ਬਹੁਤ ਸਾਡੇ ਕੋਲ ਆਉਣ ਦਾ। ਹਾਂਜੀ ਤੁਸੀਂ ਕੁਛ ਕਹਿ ਰਹੇ ਸੀ? ਨਹੀਂ ਮੈਂ ਤਾਂ ਬਸ ਇਹ ਕਹਿ ਰਿਹਾ ਬਹੁਤ ਖੁਸ਼ ਹੋਇਆ, ਅੱਜ ਛੁੱਟੀਆਂ ਸ਼ੁਰੂ ਹੋਈਆਂ ਨੇ, ਥੋੜਾ ਮੀਨੇ ਕਰਤਾ ਨਹੀਂ ਤਾਂ ਫਿਰ ਅਸੀਂ ਲੇਕ ਤੇ ਬੈਠੇ ਅਲੱਗ ਨਜ਼ਾਰਾ, ਨਹੀਂ ਅਸੀਂ ਉਸੇ ਲੇਕ ਤੇ ਜਾਣਾ ਸੀ ਜਿੱਥੇ ਪੱਗ ਸਿਰੇ ਬਣੀ ਹੋਈ, ਉਹਦਾ ਸੋਚ ਰਹੇ ਸੀ, ਫਿਰ ਮੈਂ ਦੇਖਿਆ ਕਿ ਮੌਸਮ ਮੀਂਹ ਪੈ ਰਿਹਾ ਤੇ ਠੰਡ ਹੋ ਜੂਗੀ ਉੱਥੇ, ਔਖੇ ਹੋ ਉੱਥੇ ਠੰਡ ਹੁੰਦੀ ਪੂਰੀ, ਇਸ ਕਰਕੇ ਭਾਈ ਇਹ ਨਾਲ ਮੀਂਹ ਲਿਆ ਕੈਨੇਡਾ ਚ, ਬਹੁਤ ਵਧੀਆ ਮੀਂਹ ਤਾਂ ਹੁਣ ਅਸੀਂ ਨਾਲ ਇੱਥੋਂ ਕੈਨੇਡਾ ਚੋਂ ਲੈ ਕੇ ਵੀ ਜਾ ਰਹੇ ਹਾਂ, ਇੰਡੀਆ ਚ ਵੀ ਸ਼ੁਰੂ ਹੋ ਗਿਆ, ਮਾਨਸੂਨ ਲੱਗ ਗਿਆ, ਬਹੁਤ ਚਲੋ ਠੀਕ ਹੈ ਜੀ, ਬਹੁਤ ਵਧੀਆ, ਤੁਹਾਡੀ ਯਾਤਰਾ ਸ਼ੁਭ ਰਹੇ, ਛੇਤੀ ਛੇਤੀ ਦੁਬਾਰਾ ਮਿਲਾਂਗੇ, ਬਹੁਤ ਬਹੁਤ ਧੰਨਵਾਦ। ਓਕੇ ਜੀ, ਤੁਹਾਨੂੰ ਕੈਨੇਡਾ ਆ ਕੇ ਕਿਵੇਂ ਲੱਗਿਆ? ਬਹੁਤ ਵਧੀਆ ਲੱਗਿਆ। ਆਪਾਂ ਨੂੰ ਵਧੀਆ ਲੱਗਦਾ, ਤੁਸੀਂ ਵੀ ਬਹੁਤ ਵਧੀਆ ਲੱਗੇ, ਰਹਿ ਕੇ ਵੀ ਸਾਨੂੰ ਬਹੁਤ ਵਧੀਆ ਲੱਗਿਆ, ਸੜਕਾਂ ਦੇ ਰੂਲ ਵੀ ਬਹੁਤ ਵਧੀਆ ਨੇ, ਠੀਕ ਹੈ ਜੀ, ਸੜਕਾਂ ਪਾਰ ਕਰਨੀਆਂ, ਲੰਘਣਾ, ਸਾਰਾ ਸੋਹਣਾ, ਗੱਡੀਆਂ ਨੇ ਰੁਕਣਾ, ਹੈ ਨਾ, ਬਹੁਤ ਵਧੀਆ, ਖੇਤ ਵਾਤਾਵਰਨ, ਹਵਾ ਤੇ ਬਹੁਤ ਵਧੀਆ ਘੁਮਾਇਆ, ਬਹੁਤ ਵਧੀਆ ਹੋਇਆ ਮਿਲ ਕੇ, ਤੇ ਹੁਣ ਵਾਪਸ ਜਾਵਾਂਗੇ ਦੇਖੋ ਉੱਥੇ ਗਰਮੀ ਚ ਫਿਰ, ਚਲੋ ਵਾਪਸ ਤਾਂ ਨਾ ਜਾਣੀ ਹੈ ਨਾ, ਬਿਲਕੁਲ ਜੀ, ਬਹੁਤ ਵਧੀਆ ਗੱਲ ਹੈ, ਇਹਨਾਂ ਦਾ ਚਾਅ ਸੀਗਾ ਇਹ ਦੇਖਣਾ ਵੀ ਮੰਮੀ ਨੇ ਤਾਂ ਇਹ ਦੇਖਣਾ ਸੀ ਮੈਂ ਕਿਹੜੇ ਸੋਫੇ ਤੇ ਬਹਿ ਕੇ ਗੱਲ ਕਰਦਾ, ਕਹਿੰਦੇ 24 ਘੰਟੇ ਉਹੀ ਸੋਫੇ ਤੇ ਉਹਨਾਂ ਨੂੰ, ਹਾਂ ਉਹ ਅਲਮਾਰੀ ਕਿਤੇ ਮੈਂ ਰੱਖ ਕੇ ਫੋਨ ਰੋਟੀ ਬਣਾਉਣ ਦਾ ਗੱਲ ਕਰਦਾ ਸੀ, ਅੱਛਾ ਤੁਸੀਂ ਇੱਥੇ ਰੱਖ ਕੇ ਫੋਨ ਕਰਕੇ ਮੇਰੇ ਨਾਲ ਗੱਲਾਂ ਕਰਦੇ ਸੀਗੇ, ਤੇ ਫਿਰ ਇਹਨਾਂ ਨੂੰ ਐਂ ਹੁੰਦਾ ਸੀ ਇੱਥੇ ਕਿਵੇਂ ਕੰਮ ਕਰਦੇ ਨੇ, ਕਦੋਂ ਆਉਂਦੇ ਨੇ, ਕਦੋਂ ਜਾਂਦੇ ਨੇ, ਕੋਈ ਖਾਣ ਦਾ ਟਾਈਮ ਨਹੀਂ, ਕੋਈ ਕੁਛ ਨਹੀਂ, ਉਹਨਾਂ ਨੇ ਸਾਰਾ ਗਰਾਊਂਡ ਲੈਵਲ 'ਤੇ ਦੇਖ ਲਿਆ, ਫਿਰ ਇਹਨਾਂ ਦਾ ਮਨ ਸੀ ਖਾਸ ਕਰ ਮੰਮੀ ਦਾ ਵੀ ਮੈਂ ਕੈਨੇਡਾ ਦੇਖਣਾ ਹੈ ਕਿਵੇਂ ਹੈ, ਡੈਡੀ ਕਹਿੰਦੇ ਹੁੰਦੇ ਆ ਯਾਰ ਉੱਥੇ ਦਿਨ ਹੈ ਰਾਤ ਹੈ ਪਤਾ ਹੀ ਨਹੀਂ ਲੱਗਦਾ, ਇਹ ਤਾਂ ਬੜੇ ਕੁਝ ਨੇ, ਬਾਹਰ ਕੋਈ ਨਾ ਹੋ ਰਿਹਾ ਕਿ ਪਤਾ ਲੱਗੂ, ਹੁਣ ਡੈਡੀ ਨੂੰ ਪੁੱਛੋ ਸਭ ਪਤਾ, ਡੈਡੀ ਨੂੰ ਬੀ ਸੀ ਆਪਾਂ ਇਹਨਾਂ ਨੂੰ ਘੁਮਾਤਾ 50% ਹੀ ਘੁਮਾਇਆ ਹਜੇ ਕਿਉਂਕਿ ਟਾਈਮ ਇੰਨਾ ਕੇ ਸੀਗਾ,
ਅਸੀਂ ਇਹਨਾਂ ਦੀ ਲਿਸਟ ਦੇਖ ਲਈ ਕਿੱਥੇ ਕਿੱਥੇ ਘੁੰਮੇ ਨੇ ਛੋਟੀ ਡਿਊਰੇਸ਼ਨ ਚ ਵੱਧ ਘੁੰਮ ਲਿਆ ਇੱਕ ਮਹੀਨੇ ਦੇ ਵਿੱਚ ਆ ਕੇ ਇੰਨੀ ਜਗ੍ਹਾ ਘੱਟੋ ਘੱਟ 8-10 ਪਲੇਸ ਦੇਖ ਲੈਣੇ ਕੋਈ ਮਾਮੂਲੀ ਗੱਲ ਨਹੀਂ ਉਹ ਵੀ ਲੰਬੇ ਲੰਬੇ ਰੂਟ ਔਰ ਮੈਂ ਹੁਣ ਦੇਖੇ ਨੇ ਬਹੁਤ ਵਿਕਟੋਰੀਆ ਵਗੈਰਾ ਮੈਂ ਹੁਣ ਗਿਆ ਮੈਂ ਮਿਲਦਾ ਜਿਹੜੇ ਸਾਨੂੰ ਕਈ ਬੰਦੇ ਬਹੁਤ ਮਿਲੇ ਗਏ ਉਹਨਾਂ ਨੂੰ 2-2 ਸਾਲ ਹੋ ਗਏ ਇਹਨੂੰ ਅਜੇ ਤੱਕ ਵੀ ਨਹੀਂ ਗਏ ਸਾਨੂੰ 5 ਸਾਲ ਹੋ ਗਏ ਜੀ ਅਸੀਂ ਵਿਸਲਰ ਅਜੇ ਇੱਕ ਵਾਰ ਵੀ ਨਹੀਂ ਉਹੀ ਗੱਲ ਹੈ ਵੀ ਮਤਲਬ ਚਲੋ ਅਸੀਂ ਤੁਹਾਡੇ ਮਨ ਦੇ ਵਿੱਚ ਤਾਂ ਇਹ ਹੈ ਵੀ ਚਲੋ ਆਪਾਂ ਇੱਥੇ ਆ ਨਾ ਜਾਇਆ ਮੰਗ ਹਾਂਜੀ 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 ਵਿਸਲਰ ਜਾਣਾ ਵੀ ਇੱਕਦਮ ਆਏ ਹੋਇਆ ਸਬਬ ਹੁਣ ਮੈਨੂੰ ਛੁੱਟੀ ਸੀ ਮੈਂ ਨਹਾਈ ਜਾਂਦਾ ਸੀ ਸ਼ਾਵਰ ਲੈਂਦਾ ਲੈਂਦਾ ਮੈਂ ਸੋਚਿਆ ਹੁੰਦਾ ਸੀ ਅੱਜ ਕੀ ਕਰੀਏ ਫਿਰ ਮੈਂ ਥੋੜੀ ਖਿੜਕੀ 'ਚ ਨਾ ਥੋੜੀ ਧੁੱਪ ਜੀ ਆ ਰਹੀ ਸੀ ਮਾਹ ਲੈ ਵੀ ਅੱਜ ਦਾ ਮੌਸਮ ਬੜਾ ਘੈਂਟ ਹੈ ਖਿੱਚੋ ਗੱਡੀ ਵਿਸਲਰ ਨੂੰ ਬਸ ਆਲ ਆਫ ਸਡਨ ਪਲਾਨ ਬਣਿਆ ਅਸੀਂ ਪੂਰਾ ਉਹ ਗੰਡੋਲੇ ਦੇ ਵਿੱਚ ਭੰਗੜਾ ਪਾਇਆ ਪੂਰੀ ਵੀਡੀਓ ਬਣਾਈ ਫਟਾਫਟ ਪਰੌਂਠੇ ਬਣਾਏ ਬਹੁਤ ਵਧੀਆ ਲੱਗਿਆ ਪਰੌਂਠੇ ਬਣਾਏ ਫਿਰ ਉਹਦੇ ਖਾਦੇ ਜਾ ਕੇ ਔਰ ਪਾਰਕ ਜਾ ਕੇ ਪਰੌਂਠੇ ਖਾਦੇ ਚਾਹ ਬਣਾ ਕੇ ਲੈ ਕੇ ਗਏ ਨਹੀਂ ਅੱਜ ਵੀ ਆਪਣਾ ਪ੍ਰੋਗਰਾਮ ਸੀ ਉਸੇ ਲੇਕ ਤੇ ਜਾਣ ਦਾ ਜਿੱਥੇ ਆਪਾਂ ਜਾਂਦੇ ਹੁੰਦੇ ਅੱਛਾ ਤਾਂ ਫਿਰ ਮੌਸਮ ਹਾਂ ਪਰ ਮੌਸਮ ਠੰਡਾ ਥੋੜਾ ਬੇਈਮਾਨ ਹੋ ਗਿਆ ਮੌਸਮ ਮੈਨੂੰ ਅਸੀਂ ਜਾਂਦੀ ਵਾਰ ਜਿੱਥੋਂ ਧੁੱਪ ਸੋਹਣੀ ਨਿਕਲੀ ਹੋਈ ਹੈ ਸਵੇਰੇ ਰੱਬ ਨੇ ਵਧੀਆ ਧੁੱਪ ਦਿਖਾਈ ਫਿਰ ਮੈਂ ਦੇਖਿਆ ਉੱਥੇ ਕਹਿੰਦਾ ਸ਼ਾਮ ਨੂੰ ਮੀਂਹ ਹੈ ਮੈਂ ਅੱਜ ਤਾਂ ਘਰੀ ਬੈਠ ਸਕਦੇ ਹਾਂ ਆਪਾਂ ਚਲੋ ਬਹੁਤ ਵਧੀਆ ਅਸੀਂ ਤਾਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੇ ਹਾਂ ਕਿ ਤੁਹਾਡੇ ਆ ਕੇ ਕੈਨੇਡਾ ਦਾ ਉਹ ਥੋੜਾ ਮਿਸ ਹੋ ਗਿਆ ਜੀ ਆਪਣੀ ਫੈਮਿਲੀ ਲੈ ਕੇ ਕਹਿ ਸਕਦੇ ਉੱਥੇ ਦੀ ਜਾਣੀ ਹੁੰਦੇ ਹੋਰ ਭੰਗੜੇ ਪਾਉਣਾ ਲੈ ਕੇ ਜੀ ਗੱਲ ਉਹ ਤੇ ਉਹ ਤੇ ਜਸਪਾਲ ਨਾਲ ਮੁਲਾਕਾਤ ਤਾਂ ਨਹੀਂ ਲੱਡੇ ਚ ਨਹੀਂ ਹੋਈ ਜਿੰਨੀ ਕੈਨੇਡਾ ਚ ਹੋ ਗਈ ਹਾਂ ਸਹੀ ਗੱਲ ਹੈ ਅਸੀਂ ਇੱਕ ਇੱਥੋਂ ਇਸ ਹਾਲ ਤੋਂ ਆਏ ਹੋਏ ਨੇ ਉਹਨਾਂ ਨੂੰ ਇਹ ਕਹਿੰਦੇ ਨੇ ਵੀ ਬੜੇ ਮਸ਼ਹੂਰ ਨੇ ਹਨਾ ਆਪਣੇ ਉਹ ਲੋਕਾਂ ਨੂੰ ਬੜਾ ਸਿਆਣਪ ਦੀਆਂ ਗੱਲਾਂ ਕਰਦੇ ਨੇ ਫਲਾਣਾ ਮੇਰੀ ਮੁਲਾਕਾਤ ਅੱਜ 30 ਸਾਲਾਂ ਬਾਅਦ ਉਹਨਾਂ ਕੈਨੇਡਾ ਚ ਹੋਈ ਆਏ ਸੀ ਉਹਨਾਂ ਦੇ ਬੱਚਾ ਇੱਥੇ ਉਹਨਾਂ ਦਾ ਕੋਈ ਅੱਛਾ ਅੱਛਾ ਉਹ ਸ਼ਿੰਦਰ ਬਾਬਾ ਅੱਛਾ ਅੱਛਾ ਹਾਂ ਤਾਂ ਕਰਕੇ ਮਤਲਬ ਹੁੰਦਾ ਹੈ ਬਹੁਤ ਵਧੀਆ ਲੱਗਦਾ ਸਿਆਲ ਦੇ ਠੀਕ ਹੈ ਜੀ ਨਹੀਂ ਬਹੁਤ ਵਧੀਆ ਜੀ ਬਹੁਤ ਵਧੀਆ ਔਰ ਕੱਲ ਤੇ ਇਹਨਾਂ ਨੂੰ ਰੈਸਟੋਰੈਂਟ ਵੀ ਦਿਖਾਤਾ ਵਾਈਸ ਫੋਟੋ ਦੇ ਲਿਆ ਸੀ ਮੈਂ ਕੰਮ ਦੇਖ ਵੀ ਲਿਆ ਵੀ ਮੈਂ ਕਿਵੇਂ ਕੰਮ ਕਰਦਾ ਸਾਰਾ ਪੂਰਾ ਬਿਲਕੁਲ ਉਸੇ ਵਰਕਿੰਗ ਹਾਲਤ ਵਿੱਚ ਸੀਗਾ ਮੈਂ ਸਰਵੇ ਕਰ ਰਿਹਾ ਸੀਗਾ ਕੱਲ ਨਾ ਵਧੀਆ ਇੱਕ ਦੋਸਤ ਦਾ ਫੋਨ ਆ ਗਿਆ ਉੱਥੇ ਕੰਮ ਕਰਦਾ ਇੱਥੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਕਿਸੇ ਨਾਲ ਕੋਈ ਇਹ ਚੱਕਰ ਨਹੀਂ ਕਿ ਕੋਈ ਬੰਦਾ ਕੰਮ ਵੱਡਾ ਕਰ ਰਿਹਾ ਛੋਟਾ ਨਹੀਂ ਨਹੀਂ ਸਾਰੇ ਬਰਾਬਰ ਕੋਈ ਮਤਲਬ ਨਹੀਂ ਔਰ ਵੈਲਿਊ ਵੀ ਬਰਾਬਰ ਹੈ ਬਰਾਬਰ ਹੈ ਵੈਲਿਊ ਬਰਾਬਰ ਹੈ ਨਾ ਉਹਨੇ ਮੈਨੂੰ ਇੱਕਦਮ ਪੁੱਛਿਆ ਕਹਿੰਦਾ ਮੰਮੀ ਜਿਹੜੀ ਵਾਪਸ ਕਦੋਂ ਜਾ ਰਹੇ ਨੇ ਉਹ ਮੁੰਡੇ ਨੂੰ ਕਹਿੰਦਾ ਹੈ ਕਹਿੰਦਾ ਮੈਂ ਅੱਜ ਹੀ ਉਹਦਾ 3 ਵਜੇ ਕੰਮ ਖਤਮ ਹੋਇਆ ਕਹਿੰਦਾ ਮੈਂ ਉਹਨਾਂ ਨੂੰ ਸ਼ਾਮ ਨੂੰ ਲੈ ਕੇ ਆਊਂਗਾ ਨਾਲੇ ਮੇਰੀ ਮੰਮੀ ਮਾਂ ਤੂੰ ਲੈ ਆਈ ਉਹ ਲੈ ਆਇਆ ਫਿਰ ਉਹੀ ਲੈ ਕੇ ਗਿਆ ਖਾਧਾ ਪੀਤਾ 11-12 ਵਜੇ ਤੱਕ ਉੱਥੇ ਬੈਠੇ ਰਹੇ ਵੈਰੀ ਗੁੱਡ ਤੇ ਰੈਸਟੋਰੈਂਟ ਵਾਲਿਆਂ ਦੇ ਇੱਕ ਪੈਸਾ ਨਹੀਂ ਲਿਆ ਮੈਨੂੰ ਤਾਂ ਏਸੀ ਅਲਕੋਹਲ ਦੇ ਪੈਸੇ ਲੈ ਲੈਣਗੇ ਉਹਨੇ ਉਹ ਵੀ ਨਹੀਂ ਬਹੁਤ ਵਧੀਆ ਯਾਰ ਬਹੁਤ ਸੋਹਣਾ ਗੁੱਡ ਲੈ ਕੇ ਗਏ ਠੀਕ ਹੈ ਜੀ ਓਕੇ ਜੀ ਥੈਂਕ ਯੂ ਵੈਰੀ ਮੱਚ ਓਕੇ